ਮੰਗਲਵਾਰ ਨੂੰ ਕਿਸਾਨਾਂ ਦੀ ਸੰਸਦ ਦਾ ਚੌਥਾ ਦਿਨ ਸੀ ਤੇ ਇਸ ਦਿਨ ਵੀ ਕਿਸਾਨਾਂ ਨੇ ਇਤਿਹਾਸ ਰਚਿਆ ਹੈ। ਭਾਰਤ ਸਰਕਾਰ ਦੇ ਜਿਹੜੇ ਦੋਵੇਂ ਸਦਨ ਨੇ ਉਹ ਵੀ ਚੱਲਦੇ ਰਹੇ, ਉਹਨਾਂ ਦੇ ਵਿੱਚ ਵੀ ਹੰਗਾਮੇ ਹੁੰਦੇ ਰਹੇ ਪੈਗਾਸਸ ਮਾਮਲੇ ਨੂੰ ਲੈ ਕੇ ਅਤੇ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਲੈ ਕੇ, ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਲਗਾਤਾਰ ਨਾਅਰੇਬਾਜ਼ੀ ਹੁੰਦੀ ਰਹੀ। ਦੋਵੇਂ ਸਦਨ ਵਾਰੀ ਵਾਰੀ ਮੁਲਤਵੀ ਹੁੰਦੇ ਰਹੇ। ਕਿਸਾਨ ਸੰਸਦ ਦੇ ਚੌਥੇ ਦਿਨ ਵੱਡੀ ਸੁਰੱਖਿਆ ਜਿਹੜੀ ਹੈ ਉਹ ਲਾਈ ਗਈ ਸੀ। ਭਾਰੀ ਸੁਰੱਖਿਆ ਦਾ ਪ੍ਰਬੰਧ ਸੁਰੱਖਿਆ ਬਲਾਂ ਦੇ ਵੱਲੋਂ ਕੀਤਾ ਗਿਆ ਸੀ। ਕਿਸਾਨ ਸੰਸਦ ਦੌਰਾਨ ਕਿਸਾਨਾਂ ਨੇ ਆਪੋ ਆਪਣੇ ਵਿਚਾਰ ਰੱਖੇ। ਕਿਸਾਨਾਂ ਦੇ ਲਈ ਚਾਹ ਪਾਣੀ ਦਾ ਇੰਤਜ਼ਾਮ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। 200 ਕਿਸਾਨਾਂ ਦਾ ਜਥਾ ਮੰਗਲਵਾਰ ਦੀ ਸੰਸਦ ਦੇ ਵਿੱਚ ਪਹੁੰਚਿਆ। ਵੱਡੀ ਗੱਲ ਇਹ ਰਹੀ ਕਿ ਮਹੱਤਵਪੂਰਨ ਵਸਤੂਆਂ ਸੋਧ ਐਕਟ 2020 ਤੇ ਕਿਸਾਨ ਸੰਸਦ ਦੇ ਵਿੱਚ ਬਹਿਸ ਕੀਤੀ ਗਈ। ਇਸ ਬਹਿਸ ਦੇ ਵਿੱਚ ਖਾਸ ਤੌਰ ਤੇ ਇਸ ਨੁਕਤੇ ਨੂੰ ਉਭਾਰਿਆ ਗਿਆ ਕਿ 1955 ਦਾ ਜਿਹੜਾ ਐਕਟ ਹੈ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੀਆਂ ਸੋਧਾਂ ਲਿਆਂਦੀਆਂ ਜਾ ਰਹੀਆਂ ਨੇ ਉਹ ਸਪਸ਼ਟ ਤੌਰ ਤੇ ਕਿਸਾਨ ਵਿਰੋਧੀ ਅਤੇ ਖਪਤਕਾਰ ਵਿਰੋਧੀ ਨੇ। ਇਸ ਕਰਕੇ ਇਸ ਸੋਧ ਬਿੱਲ ਨੂੰ ਤੁਰੰਤ ਹੀ ਰੱਦ ਕੀਤਾ ਜਾਣਾ ਚਾਹੀਦਾ ਹੈ, ਇਸ ਐਕਟ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਸੰਸਦ ਨੇ ਇਸ ਤੱਥ ਨੂੰ ਨੋਟ ਕੀਤਾ ਕਿ ਗਲੋਬਲ ਭੁੱਖ ਸੂਚੀ ਦੇ ਵਿੱਚ ਭਾਰਤ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਮਾੜੀ ਹੈ, ਲਗਾਤਾਰ ਵਿਗੜਦੀ ਜਾ ਰਹੀ ਹੈ। ਕਿਸਾਨ ਸੰਸਦ ਦੇ ਵਿੱਚ ਇਹ ਦੱਸਿਆ ਗਿਆ ਕਿ ਪਿਛਲੇ ਸਾਲ 1955 ਦੇ ਐਕਟ ਵਿੱਚ ਲਿਆਂਦੀਆਂ ਗਈਆਂ ਸੋਧਾਂ ਨੇ ਖਾਦ ਪਦਾਰਥਾਂ ਦੇ ਹੋਰਡਿੰਗ ਅਤੇ ਕਾਲੀ ਮਾਰਕੀਟਿੰਗ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਸੀ ਤੇ ਆਮ ਖਪਤਕਾਰਾਂ ਅਤੇ ਕਿਸਾਨਾਂ ਦੀ ਕੀਮਤ ਤੇ ਖੇਤੀਬਾੜੀ ਕੰਪਨੀਆਂ ਤੇ ਵੱਡੇ ਵਪਾਰੀਆਂ ਦੇ ਲਾਭ ਦੇ ਲਈ ਹੀ ਇਹ ਸੋਧ ਕੀਤੀ ਗਈ ਸੀ ਤੇ ਹੁਣ ਵੀ ਜਿਹੜੀ ਇਹ ਸੋਧ ਹੈਗੀ ਹੈ ਉਹ ਹੈ ਜਿਹੜੀ ਵੱਡੇ ਵਪਾਰੀਆਂ ਨੂੰ ਲਾਭ ਦੇਣ ਦੇ ਲਈ ਹੀ ਕੀਤੀ ਜਾ ਰਹੀ ਹੈ। ਸੋ ਸਦਨ ਦੇ ਵੱਲੋਂ ਕਿਸਾਨ ਸੰਸਦ ਦੇ ਵਿੱਚ ਜ਼ਰੂਰੀ ਵਸਤੂਆਂ ਸੋਧ ਐਕਟ 2020 ਨੂੰ ਸੰਸਦ ਵੱਲੋਂ ਤੁਰੰਤ ਰੱਦ ਕੀਤੇ ਜਾਣ ਦਾ ਮਤਾ ਪਾਸ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਸਪਸ਼ਟ ਤੌਰ ਤੇ ਅਸੀਂ ਦੇਖ ਸਕਦੇ ਹਾਂ ਕਿ ਜ਼ਰੂਰੀ ਵਸਤੂਆਂ ਸੋਧ ਐਕਟ 2020 ਦੇ ਪ੍ਰਬੰਧ ਆਮ ਖਪਤਕਾਰਾਂ ਅਤੇ ਕਿਸਾਨਾਂ ਦੀ ਕੀਮਤ ਤੇ ਖੇਤੀਬਾੜੀ ਕੰਪਨੀਆਂ ਤੇ ਵੱਡੇ ਵਪਾਰੀਆਂ ਦਾ ਪੱਖ ਪੂਰਨ ਲਈ ਤਿਆਰ ਕੀਤੇ ਗਏ ਨੇ। ਮੌਜੂਦਾ ਰੈਗੂਲੇਸ਼ਨ ਅਤੇ ਨਿਰੀਖਣ ਵਿਧੀ ਨੂੰ ਖਤਮ ਕਰਨ ਦੀ ਅਗਵਾਈ ਹੈ ਜਿਹੜੀ ਉਹ ਵੱਡੀਆਂ ਕਾਰਪੋਰੇਟਾਂ ਕਰਨਗੀਆਂ ਤੇ ਗਲੋਬਲ ਫੂਡ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕੰਪਨੀਆਂ ਵੱਲੋਂ ਖੇਤੀਬਾੜੀ ਬਾਜ਼ਾਰਾਂ ਤੇ ਦਬਦਬਾ ਵਧਾਉਣ ਦੇ ਲਈ ਹੀ ਇਹ ਸੋਧ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਭੋਜਨ ਦੇ ਖੇਤਰ ਵਿੱਚ ਅਡਾਨੀ, ਰਿਲਾਇੰਸ ਅਤੇ ਵਾਲਮਾਰਟ ਵਰਗੀਆਂ ਵੱਡੀਆਂ ਖੇਤੀਬਾੜੀ ਕੰਪਨੀਆਂ ਦਾ ਦਬਦਬਾ ਸਿਰਫ ਛੋਟੇ ਕਿਸਾਨਾਂ ਦੀ ਸੌਦੇਬਾਜ਼ੀ ਦੀ ਸ਼ਕਤੀ ਅਤੇ ਆਮਦਨੀ ਨੂੰ ਘਟਾ ਦੇਵੇਗਾ ਜਿਵੇਂ ਕਿ ਅਮਰੀਕਾ, ਯੂਰਪੀਅਨ ਕੰਟਰੀਜ਼ ਤੇ ਹੋਰ ਮੁਲਕਾਂ ਦੇ ਵਿੱਚ ਹੋਇਆ ਹੈ। ਇਸ ਕਰਕੇ ਕਿਸਾਨ ਸੰਸਦ ਨੇ ਇਹ ਮਤਾ ਪਾਸ ਕੀਤਾ ਕਿ ਜ਼ਰੂਰੀ ਵਸਤੂਆਂ ਸੋਧ ਐਕਟ 2020 ਤੁਰੰਤ ਸੰਸਦ ਦੇ ਵੱਲੋਂ ਰੱਦ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਸੰਸਦ ਇਸ ਐਕਟ ਨੂੰ ਦੁਹਰਾਉਂਦੀ ਹੈ ਅਤੇ ਸੰਸਦ ਨੂੰ ਅਜਿਹਾ ਕਰਨ ਦੇ ਲਈ ਮਤਾ ਪਾਸ ਕਰਦੀ ਹੈ। ਉਧਰ ਦਿੱਲੀ ਪੁਲਿਸ ਨੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਵੱਲੋਂ ਸੰਸਦ ਤੱਕ ਟਰੈਕਟਰ ਰੈਲੀ ਕੱਢਣ ਦੇ ਮਾਮਲੇ ਵਿੱਚ ਪਰਚਾ ਦਰਜ ਕਰ ਲਿਆ। ਸੰਸਦ ਮਾਰਗ ਥਾਣੇ ਵਿੱਚ ਕਾਂਗਰਸੀ ਆਗੂਆਂ ਦੇ ਖਿਲਾਫ IPC ਦੀ ਧਾਰਾ 188 MV ਐਕਟ ਅਤੇ ਮਹਾਮਾਰੀ ਕਾਨੂੰਨ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਰਾਹੁਲ ਗਾਂਧੀ ਟਰੈਕਟਰ ਤੇ ਪਹੁੰਚੇ ਕਿਵੇਂ, ਪਰ ਮੀਡੀਆ ਤੱਕ ਪਹੁੰਚੀ ਸੂਚਨਾ ਦੇ ਮੁਤਾਬਿਕ ਐਤਵਾਰ ਦੇਰ ਰਾਤ ਇੱਕ ਕੰਟੇਨਰ ਦੇ ਵਿੱਚ ਟਰੈਕਟਰ ਨੂੰ ਰੱਖ ਕੇ ਲਿਆਂਦਾ ਗਿਆ ਤੇ ਸੰਸਦ ਦੇ ਸੈਸ਼ਨ ਦੌਰਾਨ ਇਸ ਇਲਾਕੇ ਦੇ ਵਿੱਚ ਦਫਾ 144 ਲਾਗੂ ਹੁੰਦੀ ਹੈ। ਇਸ ਕਰਕੇ ਰਾਹੁਲ ਗਾਂਧੀ ਦੇ ਖਿਲਾਫ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਜਿਹੜਾ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਹੰਗਾਮਾ ਲਗਾਤਾਰ ਕੀਤਾ ਜਾ ਰਿਹਾ ਹੈ, ਉਸ ਮਸਲੇ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਫਿਰ ਬੋਲੇ। ਨਰਿੰਦਰ ਤੋਮਰ ਨੇ ਨਾਅਰੇਬਾਜ਼ੀ ਕਰਨ ਵਾਲੇ ਸਾਂਸਦਾਂ ਤੇ ਕਿਸਾਨਾਂ ਪ੍ਰਤੀ ਹਮਦਰਦੀ ਨਾ ਰੱਖਣ ਦਾ ਦੋਸ਼ ਲਾਇਆ, ਕਿਹਾ ਕਿ ਇਸ ਹੰਗਾਮੇ ਨਾਲ ਜਨਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਤੋਮਰ ਨੇ ਕਿਹਾ ਕਿ ਸੰਸਦ ਦੇ ਵਿੱਚ ਹੰਗਾਮਾ ਕਰਨ ਵਾਲੇ ਕਿਸਾਨਾਂ ਦੇ ਅਤੇ ਲੋਕਾਂ ਦੇ ਦੋਖੀ ਹਨ। ਬਹੁਤ ਜ਼ਿਆਦਾ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਸੰਬੰਧੀ ਪ੍ਰਸ਼ਨਾਂ ਦੇ ਜਵਾਬ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਅੱਜ ਦੇ ਏਜੰਡੇ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਨਾਲ ਜੁੜੇ 15 ਤੋਂ ਵੱਧ ਸਵਾਲ ਨੇ। ਜ਼ੋਰਦਾਰ ਨਾਅਰੇਬਾਜ਼ੀ ਕਰਨ ਵਾਲੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਮਨ ਦੇ ਵਿੱਚ ਕਿਸਾਨਾਂ ਪ੍ਰਤੀ ਕੋਈ ਹਮਦਰਦੀ ਹੈ ਤਾਂ ਉਹਨਾਂ ਨੂੰ ਸ਼ਾਂਤੀ ਨਾਲ ਆਪਣੀ ਥਾਂ ਤੇ ਬੈਠ ਜਾਣਾ ਚਾਹੀਦਾ, ਸਵਾਲਾਂ ਦੇ ਰਾਹੀਂ ਆਪਣੀ ਗੱਲ ਰੱਖਣੀ ਚਾਹੀਦੀ ਹੈ, ਸਰਕਾਰ ਨੂੰ ਵੀ ਸੁਣਨਾ ਚਾਹੀਦਾ ਤੇ ਆਪਦੇ ਸਵਾਲ ਵੀ ਕਰਨੇ ਚਾਹੀਦੇ ਨੇ। ਤੋਮਰ ਨੇ ਕਿਹਾ ਕਿ ਇਸ ਤਰ੍ਹਾਂ ਹੰਗਾਮਾ ਕਰਨ ਨਾਲ ਸਦਨ ਦੇ ਸਨਮਾਨ ਨੂੰ ਸੱਟ ਪਹੁੰਚ ਰਹੀ ਹੈ, ਜਨਤਾ ਦਾ ਵੀ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਕਿਸਾਨਾਂ ਪ੍ਰਤੀ ਵਿਰੋਧੀ ਧਿਰ ਦਾ ਕਿਰਦਾਰ ਵੀ ਨਜ਼ਰ ਆ ਰਿਹਾ, ਇਹ ਕਹਿਣਾ ਹੈ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ। ਇੱਕ ਦਿਨ ਪਹਿਲਾਂ ਵੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ ਸੀ ਕਿ ਕਿਸਾਨਾਂ ਦੇ ਕੋਲ ਕੋਈ ਪ੍ਰਸਤਾਵ ਹੀ ਨਹੀਂ ਹੈ, ਕਿਸਾਨ ਸਰਕਾਰ ਦੇ ਕੋਲ ਆਪਣਾ ਕੋਈ ਪ੍ਰਸਤਾਵ ਹੀ ਨਹੀਂ ਲੈ ਕੇ ਆਉਂਦੇ ਹੈਗੇ ਤੇ ਸਰਕਾਰ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ।
ਕਿਸਾਨ ਇਹ ਦੱਸਦੇ ਨਹੀਂ ਹੈਗੇ ਕਿ ਖੇਤੀ ਕਾਨੂੰਨਾਂ ਦੇ ਵਿੱਚ ਕਾਲਾ ਆਖਿਰਕਾਰ ਕੀ ਹੈ। ਕਿਸਾਨ ਮੋਰਚੇ ਦੇ ਲੀਡਰਾਂ ਨੇ ਇਸ ਦਾ ਜਵਾਬ ਦਿੱਤਾ, ਕਹਿੰਦੇ ਜੇ ਸਰਕਾਰ ਨੂੰ ਪਤਾ ਹੀ ਨਹੀਂ ਕਿ ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ ਤਾਂ ਅਸੀਂ ਸਰਕਾਰ ਨੂੰ ਆਪਣੀ ਕਿਸਾਨ ਸੰਸਦ ਵਿੱਚ ਆਉਣ ਦਾ ਸੱਦਾ ਦਿੰਦੇ ਹਾਂ ਅਤੇ ਉਹਨਾਂ ਨੂੰ ਸਾਰੀ ਦੁਨੀਆ, ਮੀਡੀਆ ਅਤੇ ਜਨਤਾ ਦੇ ਸਾਹਮਣੇ ਸਮਝਾਵਾਂਗੇ ਕਿ ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ। ਕਿਸਾਨ ਲੀਡਰਾਂ ਨੇ ਤੋਮਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣ, ਨਹੀਂ ਤਾਂ ਕਿਸਾਨ ਜੋ ਵੀ ਮਿਹਨਤ ਕਰਦਾ ਉਹ ਸਾਰੀ ਬੇਕਾਰ ਚਲੀ ਜਾਵੇਗੀ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲਾ ਨੇ ਸੰਯੁਕਤ ਕਿਸਾਨ ਮੋਰਚਾ ਦੇ ਫੇਸਬੁੱਕ ਪੇਜ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਜਵਾਬ ਦਿੱਤਾ ਹੈ ਉਸ ਗੱਲ ਦਾ, ਜਿਹਦੇ ਵਿੱਚ ਨਰਿੰਦਰ ਤੋਮਰ ਕਹਿੰਦੇ ਨੇ ਕਿ ਕਿਸਾਨਾਂ ਦੇ ਕੋਲ ਪ੍ਰਸਤਾਵ ਨਹੀਂ ਹੈ। ਤਾਂ ਉਹਨਾਂ ਨੇ ਉਲਟਾ ਜਵਾਬ ਦਿੰਦਿਆਂ ਕਿਹਾ ਕਿ ਪ੍ਰਸਤਾਵ ਤਾਂ ਸਰਕਾਰ ਰੱਖਦੀ ਹੁੰਦੀ ਹੈ, ਕਿ ਖੇਤੀਬਾੜੀ ਮੰਤਰੀ ਨੂੰ ਇੰਨਾ ਵੀ ਨਹੀਂ ਪਤਾ ਕਿ ਪ੍ਰਸਤਾਵ ਕਿਸਾਨ ਨਹੀਂ ਦੇਣਗੇ। ਕਿਸਾਨ ਆਪਣੇ ਜਿਹੜੇ ਇਤਰਾਜ਼ ਨੇ ਉਹ ਰੱਖਦੇ ਨੇ ਅਤੇ ਉਹ ਰੱਖਦੇ ਵੀ ਆਏ ਨੇ ਅਤੇ ਅੱਗੇ ਵੀ ਰੱਖਣ ਨੂੰ ਤਿਆਰ ਨੇ। ਪ੍ਰਸਤਾਵ ਤਾਂ ਸਰਕਾਰ ਨੇ ਦੇਣਾ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ, ਪੁੱਛਣਾ ਚਾਹੁੰਦਾ ਹੈ ਮਾਨਯੋਗ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਨੂੰ ਕਿ ਤੁਸੀਂ ਮੰਤਰੀ ਹੋ, ਤੁਹਾਨੂੰ ਘੱਟੋ ਘੱਟ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਪ੍ਰਸਤਾਵ ਨਹੀਂ, ਕਿਸਾਨਾਂ ਨੇ ਡਿਮਾਂਡ ਕਰਨੀ ਹੈ, ਉਹ ਡਿਮਾਂਡ ਕਰ ਚੁੱਕੇ ਆ। ਪ੍ਰਸਤਾਵ ਦੇਣਾ ਹੈ ਤਾਂ ਤੁਸੀਂ ਦੇਣਾ ਹੁੰਦਾ, ਸਰਕਾਰ ਨੇ ਦੇਣਾ ਹੁੰਦਾ, ਤੁਹਾਨੂੰ ਘੱਟੋ ਘੱਟ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਉਲਟਾ ਪ੍ਰਸਤਾਵ ਕਿਸਾਨਾਂ ਦੇ ਵੱਲੋਂ ਮੰਗਦੇ ਹੋ ਵੀ ਕਿਸਾਨ ਪ੍ਰਸਤਾਵ ਦੇਣ, ਪਹਿਲੀ